So
Oh,
ਓ ਗਰੀਬ ਤੋਹੇ ਭਾਵੇ
ਸ਼ਬਦ ਵਰਤਿਆ ਤੇ ਅਰਥ ਕਰਨ ਵਾਲੇ ਨੇ ਉਸ ਸੰਸਕਾਰ ਦਾ ਪ੍ਰਭਾਵ ਕਬੂਲਦਿਆਂ ਇਹੋ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਬਾਬਾ ਕਬੀਰ ਆਖ ਰਿਹਾ ਹੈ ਤੂੰ ਅਸਤੀ ਘੋੜੇ ਰਾਜ ਮਿਲਖ ਸਿਕਦਾਰੀਆਂ ਦੇਖ ਕੇ ਭਗਵਾਨ ਨਹੀਂ ਪਛਾਣ ਸਕਿਆ, ਭਾਵ ਕ੍ਰਿਸ਼ਨ ਨੂੰ ਭਗਵਾਨ ਨਹੀਂ ਪਛਾਣ ਸਕਿਆ। ਐਸਾ ਕੁਛ ਕ੍ਰਿਸ਼ਨ ਲਫ਼ਜ਼ ਨਾਲ ਜੋੜ ਦਿੱਤਾ। ਹਾਲਾਂਕਿ ਬਾਬਾ ਕਬੀਰ ਤਾਂ ਜਿਸਦਾ ਇਹ ਸ਼ਬਦ ਹੈ ਉਹਦਾ ਹੀ ਅੱਗੇ ਇੱਕ ਸ਼ਬਦ ਆ ਚੁੱਕਾ ਹੈ। ਕ੍ਰਿਸ਼ਨ ਨੂੰ ਭਗਵਾਨ ਉੱਥੇ ਵੀ ਨਹੀਂ ਮੰਨ ਰਹੇ ਨੇ। ਬਾਬਾ ਕਬੀਰ ਜੀ ਦਾ ਕੋਈ ਸ਼ਬਦ ਆ ਚੁੱਕਾ, ਬਲਕਿ ਉੱਥੇ ਇੱਕ ਸਵਾਲੀਆ ਫਿਕਰ ਬਣਾ ਰਹੇ ਨੇ ਤੇ ਕਹਿੰਦੇ ਨੇ
ਦਾ ਨੰਦਨ, ਨੰਦ ਦਾ ਪੁੱਤਰ ਆਖਦੇ ਹਾਂ। ਤੇ ਫਿਰ ਮੈਂ ਪੁੱਛਣਾ, ਨੰਦ ਕਿਹਦਾ ਪੁੱਤਰ ਹੈ? ਨੰਦ ਸੁਨੰਦਨ ਕਾਕੂ ਦੇ ਅਸੀਂ ਅੱਖਾਂ ਦੇ, ਉਹ ਆਪਣੇ ਬਾਪ ਦਾ। ਫਿਰ ਸਵਾਲ ਖੜਾ ਕਰੋਗੇ, ਉਹ ਕਿਹਦਾ ਪੁੱਤਰ ਹੈ? ਉਹ ਆਪਣੇ ਬਾਪ ਦਾ। ਬਾਬਾ ਕਬੀਰ ਕਹਿੰਦੇ ਨੇ, ਕਿਹੜੀ ਅਜੀਬ ਗੱਲ ਹੈ, ਜਿਸ ਕ੍ਰਿਸ਼ਨ ਨੂੰ ਤੁਸੀਂ ਭਗਵਾਨ ਆਖਦੇ ਹੋ, ਕਦੀ ਸੋਚਿਆ ਜੀ ਉਹ ਤਾਂ ਆਨੰਦ ਦਾ ਪੁੱਤਰ ਹੈ? ਤੇ ਜਦੋਂ ਅਜੇ ਆਨੰਦ ਵੀ ਨਹੀਂ ਸੀ, ਆਨੰਦ ਦਾ ਪਿਤਾ ਵੀ ਨਹੀਂ ਸੀ, ਆਨੰਦ ਦਾ ਦਾਦਾ ਵੀ ਨਹੀਂ ਸੀ, ਧਰਤੀ ਤੇ ਆਕਾਸ਼ ਵੀ ਨਹੀਂ ਸਨ, ਭਗਵਾਨ ਤਾਂ ਉਦੋਂ ਵੀ ਸੀ ਆਦਿ ਸੱਚ ਜੁਗਾਦ ਸੱਚ ਐ ਵੀ ਸੱਚ ਨਾਨਕ ਉਸੇ ਵੀ ਸੱਚ ਉਹ ਪਹਿਲਾਂ ਵੀ ਸੀ ਤੂੰ ਸਦਾ ਸਲਾਮਤ ਨਿਰੰਕਾਰ ਉਹ ਪਹਿਲਾਂ ਵੀ ਸੀ ਹੁਣ ਜਿਹੜਾ ਪਹਿਲਾਂ ਹੋਵੇ ਉਹ ਪਿਤਾ ਹੁੰਦਾ ਕਿ ਜਿਹੜਾ ਬਾਅਦ ਵਿੱਚ ਹੋਵੇ ਉਹ ਪਿਤਾ ਹੁੰਦਾ ਜੇ ਕ੍ਰਿਸ਼ਨ ਭਗਵਾਨ ਹੈ ਤਾਂ ਉਹਨਾਂ ਦਾ ਪਿਤਾ ਹੋਣਾ ਚਾਹੀਦਾ ਕਿਉਂਕਿ ਪਹਿਲਾਂ ਜਿਹੜਾ ਪਹਿਲਾਂ ਉਹਦੇ ਸੰਬੰਧ ਵਿੱਚ ਤਾਂ ਬਾਣੀ ਫੈਸਲਾ ਦੇ ਦੀ ਸਭ ਕੋ ਮਾਤ ਪਿਤਾ ਜਨਮ ਨਹੀਂ ਜਾਣਦਾ ਪਿਤਾ ਕਾ ਜਨਮ ਕੇ ਜਾਣੇ ਪੁੱਤ ਅਖੀਰ ਨੂੰ ਕਹਿਣ ਲਈ ਮਜਬੂਰ ਹੋ ਗਿਆ ਸੁਦੇ ਪ੍ਰਕਾਸ਼ ਸਵਮ ਹੈ ਉਹਦਾ ਫੈਸਲਾ ਹੀ ਹੋ ਗਿਆ ਪਿਤਾ ਜੇ ਭਗਵਾਨ ਹੈ ਤਾਂ ਉਹ ਪਿਤਾ ਹੈ ਨੰਦ ਦਾ ਪੁੱਤਰ ਕਿਵੇਂ ਹੋ ਸਕਦਾ ਸਵਾਲ ਖੜਾ ਕੀਤਾ ਬਾਬਾ ਕਬੀਰ ਜੀ ਦੇ ਉਹ ਸ਼ਬਦ ਹੈ ਤੁਮ ਜੋ ਕਹਿਤ ਹੋ ਨੰਦ ਕੋ ਨੰਦਨ ਨੰਦ ਸੁਨੰਦਨ ਕਾ ਕੋ ਰੇ ਤਨ ਆਕਾਸ਼ ਦਸੋ ਦਿਸਨਾਈ ਤਬ ਇਹ ਨੰਦ ਕਹਾਂ ਕੋ ਰੇ ਤੈਨੂੰ ਕੁਝ ਵੀ ਨਹੀਂ ਸੀ ਉਦੋਂ ਨੰਦ ਕਿੱਥੇ ਸੀ ਨੰਦ ਤੇ ਹੈ ਨਹੀਂ ਸੀ ਤੇ ਭਗਵਾਨ ਆਇਆ ਸੀ ਫਿਰ ਪਹਿਲਾਂ ਕੌਣ ਹੋਇਆ ਤਬ ਇਹ ਨੰਦ ਕਹਾਂ ਕੋ ਰੇ ਉੱਥੇ ਇੱਕ ਲਫ਼ਜ਼ ਦਾ ਫੈਸਲਾ ਦਿੰਦੇ ਨੇ ਕਬੀਰ ਕੋ ਸਵਾਮੀ ਐਸੋ ਠਾਕਰ ਜਾਕੋ ਮਾਈ ਨਾ ਬਾਪੂ ਰੇ ਕਬੀਰ ਦਾ ਮਾਲਿਕ ਭਗਵਾਨ ਉਹ ਹੈ ਜਿਹਦਾ ਮਾਂ ਬਾਪ ਕੋਈ ਨਹੀਂ ਉਹ ਸਾਰਿਆਂ ਦਾ ਮਾਂ ਬਾਪ ਹੈ ਜਿਹਦਾ ਮਾਂ ਬਾਪ ਕੋਈ ਨਹੀਂ ਉਹ ਸਾਰਿਆਂ ਦਾ ਮਾਂ ਬਾਪ ਹੁਣ ਉੱਥੇ ਇੱਕ ਗੱਲ ਨੂੰ ਸਪਸ਼ਟ ਕਰਨ ਲਈ ਕਿ ਮੈਂ ਕ੍ਰਿਸ਼ਨ ਨੂੰ ਭਗਵਾਨ ਨਹੀਂ ਮੰਨ ਸਕਦਾ ਕਿਉਂਕਿ ਉਹ ਆਨੰਦ ਦਾ ਪੁੱਤਰ ਹੈ ਇੱਥੇ ਭਲਾ ਕਿਵੇਂ ਆਖ ਸਕਦੇ ਸਨ ਕ੍ਰਿਸ਼ਨ ਨੂੰ ਭਗਵਾਨ
ਸੱਚ ਜੇ ਉੱਥੇ ਨਹੀਂ ਮੰਨ ਰਹੇ ਉਹ ਵੀ ਬਾਬਾ ਕਬੀਰ ਜੀ ਦਾ ਸ਼ਬਦ ਹੈ, ਇਹ ਵੀ ਬਾਬਾ ਕਬੀਰ ਜੀ ਦਾ ਸ਼ਬਦ। ਜੇ ਉੱਥੇ ਨਹੀਂ ਮੰਨ ਰਹੇ ਇੱਥੇ ਕਿਵੇਂ ਕਹਿ ਸਕਦੇ ਸ੍ਰੀ ਭਗਵਾਨ? ਨਾ ਜਾਣਿਆ ਦਾ ਅਰਥ ਜੇ ਇਹ ਕਰੀਏ ਕਿ ਕ੍ਰਿਸ਼ਨ ਨੂੰ ਭਗਵਾਨ ਆਖ ਰਹੇ, ਨਹੀਂ ਇਹਨੂੰ ਸਮਝਣ ਲਈ ਵੈਸੇ ਤਾਂ ਬੜਾ ਸਪਸ਼ਟ ਲਫ਼ਜ਼ ਹੈ ਕਿ ਤੂੰ ਰਾਜ ਸਿੰਘਾਸਨ ਸੰਪਦਾ ਹਾਥੀ ਘੋੜੇ ਲਸ਼ਕਰ ਇਹਨਾਂ ਚੀਜ਼ਾਂ ਦੀ ਵਡਿਆਈਆਂ ਵਿੱਚ ਇੰਨਾ ਭੁੱਲ ਗਿਆ ਕਿ ਤੈਨੂੰ ਰੱਬ ਵੀ ਭੁੱਲ ਗਿਆ। ਇੱਥੇ ਕ੍ਰਿਸ਼ਨ ਦਾ ਮਸਲਾ ਨਹੀਂ, ਕਿਉਂਕਿ ਅਗਲੀ ਜਿਹੜੀ ਲਾਈਨ ਹੈ ਉਹ ਹੋਰ ਸਪਸ਼ਟ ਕਰਦੀ ਹੈ। ਉਹ ਲਾਈਨ ਕੀ ਹੈ? ਕ੍ਰਿਸ਼ਨ ਹਸਤਿਨਾਪੁਰ ਜਾਂਦੇ ਨੇ, ਦੁਰਯੋਧਨ ਤਿਆਰੀ ਕੀਤੀ ਬੈਠਾ, ਕ੍ਰਿਸ਼ਨ ਦੁਰਯੋਧਨ ਦੇ ਰਾਜ ਮਹਿਲਾਂ ਵੱਲ ਨਹੀਂ ਜਾਂਦੇ, ਬਿਦਰ ਦੇ ਘਰ ਚਲੇ ਜਾਂਦੇ ਨੇ। ਇਸ ਗੱਲ ਦਾ ਪਤਾ ਦੁਰਯੋਧਨ ਨੂੰ ਲੱਗਦਾ, ਨਾਰਾਜ਼ਗੀ ਵੀ ਕਰਦਾ, ਗੁੱਸੇ ਵਿੱਚ ਵੀ ਆਉਂਦਾ, ਸਵਾਲ ਵੀ ਕਰਦਾ ਹੈ, ਅਤੇ ਉਹਨਾਂ ਸਵਾਲਾਂ ਵਿੱਚ ਜਿਹੜੇ ਲਫ਼ਜ਼ ਕਹਿੰਦਾ ਹੈ ਕਿ ਹੇ ਕ੍ਰਿਸ਼ਨ ਤੇਰੇ ਮਾਣ ਸਨਮਾਨ ਲਈ ਤੇਰੇ ਪੇਸ਼ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਖਾਣੇ ਤਿਆਰ ਕਰਕੇ ਬੜੇ ਵੱਡੇ ਵੱਡੇ ਲੋਕ ਇਸ ਪਾਰਟੀ ਵਿੱਚ ਬੁਲਾਏ ਸਨ, ਉਹ ਵੀ ਸਾਰੇ ਬੜੇ ਨਿਰਾਸ਼ ਹੋਏ ਨੇ। ਤੂੰ ਮੇਰੇ ਰਾਜ ਮਹਿਲਾਂ ਵਿੱਚ ਆਉਣ ਦੀ ਬਜਾਏ ਇੱਕ ਗੋਲੇ, ਉੱਥੇ ਲਫ਼ਜ਼ ਗੋਲੇ ਹੈ, ਦਾਸ ਨੌਕਰ, ਕਿਉਂਕਿ ਦੂਜੀ ਥਾਂ ਵੀ ਲਫ਼ਜ਼ ਆ ਚੁੱਕਾ ਹੈ ਦਾਸੀ ਸੁੱਤ ਜਾਣ ਬਿਦਰ। ਇਹ ਬੜੀ ਲੰਬੀ ਚੋੜੀ ਕਹਾਣੀ, ਮੈਂ ਉਸ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਕਿ ਬਿਦਰ ਕਿਵੇਂ ਦਾਸੀ ਤੋਂ ਪੈਦਾ ਹੋਇਆ ਨੌਕਰੀ। ਤੇ ਇੱਥੇ ਜਾਤ ਲਫ਼ਜ਼ ਵੀ ਫਿਰ ਸਪੈਸ਼ਲ ਨਾਲ ਨਾਲ ਵਿਚਾਰਨ ਵਾਲਾ, ਜਾਤ ਵੀ ਕਿਉਂ ਆਇਆ? ਕਿਉਂਕਿ ਪੁਰਾਤਨ ਸਮੇਂ ਅੰਦਰ ਜਿਹੜੇ ਦਾਸ ਸਨ, ਨੌਕਰ ਸਨ, ਘਰ ਦੇ ਗੁਲਾਮ ਸੇਵਾਦਾਰ ਹੁੰਦੇ ਸਨ, ਉਹ ਜਾਤਾਂ ਤੇ ਨਿਰਭਰ ਹੁੰਦੇ ਸਨ, ਜਾਤਾਂ ਤੇ ਨਿਰਭਰ ਹੁੰਦੇ ਸਨ। ਇਹ ਥੋੜਾ ਸੀ ਵੀ ਕਿਸੇ ਖੱਤਰੀ ਦੇ ਘਰ ਕੋਈ ਬ੍ਰਾਹਮਣ ਦਾ ਦਾਸ ਨੌਕਰ ਹੋ ਜਾਏ, ਕਰਦੇ ਨੌਕਰੀ ਕਰਨ ਵਾਲੇ ਕੰਮੇ ਕੰਮੇ ਜਿਹਨਾਂ ਨੂੰ ਆਖਦੇ ਸਨ ਪੁਰਾਣੇ ਸਮੇਂ ਅੰਦਰ, ਉਹ ਜਾਤਾਂ ਤੇ ਨਿਰਭਰ ਸਨ, ਘਰ ਦੇ ਭਾਂਡੇ ਮਾਂਜਣ ਵਾਲੇ, ਪਾਣੀ ਲਿਆਉਣ ਵਾਲੇ, ਝੀਵਰ ਜਿਹੜਾ ਘਰ ਦੇ ਭਾਂਡੇ ਮਾਂਜੇ ਪਾਣੀ ਲਿਆ, ਕਿਉਂਕਿ ਉਦੋਂ ਖੂਹਾਂ ਤੋਂ ਪਾਣੀ ਹੁੰਦਾ ਸੀ, ਉਸ ਕੰਮ ਲਈ ਝੀਵਰ ਨਹੀਂ ਸੀ ਲੱਗਦਾ। ਜਿਹੜਾ ਘਰ ਦੇ ਕੱਪੜੇ ਧੋਵੇ,
ਉਹ ਧੋਬੀ ਛੀਮਾ ਜਿਹੜਾ ਘਰ ਦੀ ਸਫਾਈ ਕਰੇ ਉਹ ਬਿਹਤਰ। ਜਾਤਾਂ ਤੇ ਨਿਰਭਰ ਸਨ ਘਰ ਦੇ ਕਾਮੇ, ਹੁਣ ਜਿੰਨੇ ਕਾਮੇ ਨੇ ਉਹ ਨੀਵੀਂ ਜਾਤ ਮੰਨੇ ਜਾਂਦੇ ਸਨ, ਕਿਉਂਕਿ ਕੰਮੀ ਇਸੇ ਲਈ ਉਹਨਾਂ ਨੂੰ ਅਜੇ ਤੱਕ ਲਫ਼ਜ਼ ਵਰਤੇ ਸਨ ਲਾਗੀ ਕੰਮੀ। ਜਿੰਨੇ ਕੰਮੀ ਹੁੰਦੇ ਸਨ ਉਹ ਜਾਟਾਂ ਤੇ ਨਿਰਭਰ ਹੁੰਦੇ ਸਨ। ਹੁਣ ਘਰ ਦੀ ਜਿਹੜੀ ਨੌਕਰਿਆਣੀ ਉਹ ਕੰਮੀ, ਜੇ ਨੌਕਰਿਆਣੀ ਤੋਂ ਦਾਸੀ ਤੋਂ ਪੈਦਾ ਹੋਇਆ ਕਿੱਧਰ ਜਿਹਨੂੰ ਕਿਉਂਕਿ ਜਾਤਾਂ ਤੇ ਨਿਰਭਰ ਹੀ ਕੰਮੀ ਹੁੰਦੇ ਸਨ, ਜ਼ਰੂਰ ਨੀਵੀਂ ਜਾਤ ਵਿੱਚੋਂ ਹੈ। ਪਰ ਜਿਹੜੇ ਭਗਤ ਜਨ ਨੇ, ਗੁਰਮਤ ਨਾਲ ਸੰਬੰਧ ਰੱਖਣ ਵਾਲੇ ਨੇ, ਜਿਹੜੇ ਉੱਚੀ ਅਵਸਥਾ ਦੇ ਲੋਕ ਨੇ, ਉਹ ਜਾਤਾਂ ਤਾਂ ਬਣਦੇ ਨੇ, ਰੱਬ ਵੀ ਜਾਤ ਨਹੀਂ ਬਣਦਾ। ਆਪਾਂ ਬਾਣੀ ਅੰਦਰ ਵੀ ਪੜ੍ਹ ਰਹੇ ਕਰਦਾ ਇਸ ਚੀਜ਼ ਨੂੰ, ਉਹ ਹੈ ਖੀਰ ਸਮਾਨ ਸਾਗ ਮੈਂ ਪਾਇਆ। ਸ੍ਰੀ ਗੁਰੂ ਸਾਹਿਬ ਦੀ ਬਾਣੀ ਦੀ ਇੱਕ ਲਾਈਨ ਹੈ, ਕਿਸੇ ਭਲੇ ਪੁਰਸ਼ ਦੇ
ਘਰ ਸਿਰਫ ਦਾਣੇ ਹੀ ਮਿਲ ਜਾਣ, ਉਹ ਵੀ ਭੁੱਖੇ, ਬਸ ਛੱਤੀ ਪ੍ਰਕਾਰ ਦਾ ਭੋਜਨ ਸਮਝ ਕੇ ਛੱਕ ਲੈ ਤੇ ਕੋਈ ਸਾਖਤ ਪੁਰਸ਼ ਹੋਵੇ ਉਹਦੇ ਘਰ ਛੱਤੀ ਪ੍ਰਕਾਰ ਦੇ ਭੋਜਨ ਬਣੇ ਹੋਣ। ਇੱਥੇ ਵੀ ਕ੍ਰਿਸ਼ਨ ਦਾ ਲਫ਼ਜ਼ ਜਿਹਾ ਹੋਵੇ ਬਿਲਕੁਲ, ਹਾਲਾਂਕਿ ਗੱਲ ਦਾ ਸਬਜੈਕਟ ਮਿਲਦਾ। ਕਹਿੰਦੇ ਨੇ ਸੰਤਨ ਕਾ ਦਾਣਾ ਰੁੱਖਾ ਰੁੱਖਾ ਸੋ ਸਰਬ ਨਿਧਾਨ ਗ੍ਰਹਿ ਸਾਕਤ ਛੱਤੀ ਪ੍ਰਕਾਰ ਸੋ ਬਿਖੂ ਸੁਭਾਨ। ਉਹ ਜ਼ਹਿਰ ਵਰਗੀ ਸਮਝ ਉਹਦੇ ਨੇੜੇ ਨਾ ਜਾ। ਅੱਜ ਤਾਂ ਸਾਗ ਤੇ ਕੀਰਤੀ ਖੋਤੇ ਗੁਰੂ ਕੇ ਦਰਬਾਰ ਦਾ ਵੀ ਲੰਗਰ ਵੇਖਣੇ ਕਿੱਥੇ ਖੀਰ ਬਣਦੀ ਹੈ, ਕਿੱਥੇ ਸਧਾਰਨ ਲੰਗਰ ਹੈ, ਕਿੱਥੇ ਤਰ੍ਹਾਂ ਤਰ੍ਹਾਂ ਦਾ ਲੰਗਰ ਦੀ ਪਰਖ ਤੋਂ ਅਸੀਂ ਗੁਰੂ ਨੂੰ ਪਰਖ ਰਹੇ ਹਾਂ। ਰੋਜ਼ਾਨਾ ਜੀਵਨ ਵਿੱਚ ਦੇਖਿਆ ਪੁੱਛਦੇ ਨੇ ਕਿਸ ਗੁਰਦੁਆਰੇ ਲੰਗਰ ਵਧੀਆ ਬਣ ਗਿਆ। ਪਰ ਬਾਬਾ ਕਬੀਰ ਜੀ ਦਾ ਅੱਜ ਦਾ ਇਹ ਸ਼ਬਦ ਸਪਸ਼ਟ ਕਰਦਾ ਮੈਨੂੰ ਤੇਰੇ ਦੁੱਧ ਨਾਲੋਂ ਅੰਮ੍ਰਿਤ ਵਰਗਾ ਮਿੱਠਾ ਪਾਣੀ ਜਿਹੜਾ ਨਸੀਬ ਹੋਇਆ ਇਹਨਾਂ ਬਿੱਦਰ ਦੇ ਘਰ ਦਾ, ਉਹਦੇ ਵਰਗਾ ਤੇਰੇ ਦੁੱਧ ਵਿੱਚੋਂ ਟੇਸਟ ਸਵਾਦ ਨਹੀਂ ਸੀ ਆਉਂਦਾ। ਦੇਖ ਜਿਹੜਾ ਮੈਨੂੰ ਉਹਦੇ ਘਰ ਦਾ ਅਲੂਣਾ ਸਾਗ ਜਿਵੇਂ ਪ੍ਰਚਲਿਤ ਹੈ, ਵੀ ਨਿਮਕ ਪਾਣਾ ਵੀ ਭੁੱਲ ਗਿਆ ਪਰ ਚਲੋ, ਜਿਵੇਂ ਮੈਨੂੰ ਉਹਦੇ ਘਰ ਦਾ ਸਾਗ ਸਵਾਦਲਾ ਲੱਗਿਆ ਨਾ, ਕਿਉਂਕਿ ਪਿਆਰ ਨਾਲ ਬਣਿਆ ਹੋਇਆ, ਭਾਵਨਾ ਨਾਲ ਬਣਿਆ ਹੋਇਆ। ਐਸੋ ਭਾਉ ਵਿਦਰ ਕੋ ਦੇਖਿਓ, ਭਾਵਨਾ ਨਾਲ ਬਣਿਆ ਹੋਇਆ ਸੀ। ਉਹ ਤੇਰੀ ਖੀਰ ਨਾਲੋਂ ਮੈਨੂੰ ਜ਼ਿਆਦਾ ਚੰਗਾ ਲੱਗਾ। ਹੁਣ ਅਗਲੀ ਅੱਧੀ ਲਾਈਨ ਦੇਖਿਓ, ਉੱਥੇ ਲਫ਼ਜ਼ ਨੇ ਕਿਉਂ ਚੰਗਾ ਲੱਗਾ ਮੈਨੂੰ, ਉੱਥੇ ਦੁੱਧ ਨਾਲੋਂ ਪਾਣੀ ਕਿਉਂ ਸਵਾਦਲਾ ਲੱਗਾ, ਖੀਰ ਨਾਲੋਂ ਸਾਗ ਕਿਉਂ ਸਵਾਦਲਾ ਲੱਗਾ ਮੈਨੂੰ ਸੁੱਖ ਮਿਲਿਆ, ਉਹ ਕਾਰਨ ਇਹ ਹੈ ਕਿ ਗੁਣ ਗਾਵਤ ਰਹਿਣ ਦੇ ਹਨ। ਕੀ ਕ੍ਰਿਸ਼ਨ ਆਪਣੇ ਗੁਣ ਗਾਉਂਦਾ ਰਿਹਾ? ਆਹ ਸੋਚਿਓ, ਜੇ ਇੱਥੇ ਭਗਵਾਨ ਦਾ ਅਰਥ ਕ੍ਰਿਸ਼ਨ ਕੀਤਾ ਜਾਏ, ਭਗਵਾਨ ਦਾ ਅਰਥ ਕ੍ਰਿਸ਼ਨ ਕੀਤਾ ਜਾਏ ਤਾਂ ਕੀ ਇਹਦਾ ਮਤਲਬ? ਦੁਰਯੋਧਨ ਨੂੰ ਇਹ ਦੱਸ ਰਿਹਾ ਕਿ ਸਾਰੀ ਰਾਤ ਮੇਰੇ ਗੁਣ ਗਾਉਂਦੇ ਆ ਬੀਤੀ, ਕਿ ਕ੍ਰਿਸ਼ਨ ਸਾਰੀ ਰਾਤ ਆਪਣੇ ਗੁਣ ਗਾਉਂਦਾ ਰਿਹਾ, ਇਹ ਕਿਵੇਂ ਹੋ ਸਕਦਾ? ਇਹਦਾ ਮਤਲਬ ਭਗਵਾਨ ਉਹ ਆਪਣੇ ਆਪ ਨੂੰ ਨਹੀਂ ਕਹਿ ਰਹੇ। ਕਹਿੰਦਾ ਉਹ ਦੁਰਯੋਧਨ, ਤੂੰ ਰਾਜ ਭਾਗ ਦੇ ਹੰਕਾਰ ਵਿੱਚ ਰੱਬ ਨੂੰ ਭੁੱਲ ਗਿਆ, ਭਗਵਾਨ ਨੂੰ ਭੁੱਲ ਗਿਆ, ਤੇ ਮੈਂ ਉਹਦੇ ਘਰ ਜਾ ਕੇ ਸੁੱਖ ਪਾਇਆ, ਖੁਸ਼ੀ ਨਾਲ ਰਾਤ ਬਿਤਾਈ ਹੈ, ਜਿਸ ਦੇ ਘਰ ਵਿੱਚ ਬੈਠ ਕੇ ਕੇਵਲ
ਸਾਗ ਖਾ ਕੇ ਅਸੀਂ ਉਸ ਭਗਵਾਨ ਦੇ ਰੱਬ ਦੇ ਸਾਰੀ ਰਾਤ ਗੀਤ ਗਾਏ ਨੇ। ਇੱਥੇ ਉਸ ਭਗਵਾਨ ਦੀ ਗੱਲ ਹੈ, ਪਰ ਸੁਣ ਸੁਣ ਕੇ ਸੰਸਕਾਰਾਂ ਨਾਲ ਅਸੀਂ ਦਰਤ ਅਤੇ ਇਸ ਸ਼ਬਦ ਨੂੰ ਅਸੀਂ ਕ੍ਰਿਸ਼ਨ ਭਗਵਾਨ ਲਫ਼ਜ਼ ਕਹਿ ਕੇ ਉਹਦੇ ਨਾਲ ਜੋੜ ਲਿਆ। ਕਈ ਵਾਰ ਹੋਇਆ ਸਵਈਆਂ ਵਿੱਚ ਸਵਈ ਹੈ, ਕੁਝ ਵਧੀਆ ਦੀ ਗੱਲ ਹੈ, ਪੁਰਾਣੀ ਮੀਨਸ ਵਿੱਚ ਇਕੱਠੇ ਹੋ ਗਏ ਸ਼ਿਕਾਗੋ ਵਾਲਾ ਬਾਬਾ ਦਲਜੀਤ ਸਿੰਘ, ਕੋਈ ਸਟੇਜ 'ਤੇ ਐਸਾ ਟੱਪ ਚੱਲੇ ਅਸੀਂ ਬਾਅਦ ਵਿੱਚ ਕਹਿਣ ਬਾਬਾ ਸਿੰਘ ਸਾਹਿਬ ਗੁਰਬਾਣੀ ਵਿੱਚ ਵੀ ਤਾਂ ਲਿਖਿਆ, ਉਪਮਾ ਕੀਤੀ ਹੋਈ ਭਗਵਾਨ ਕ੍ਰਿਸ਼ਨ ਦੀ, ਆ ਵੇਖ ਸਵਈ ਆਏ ਉਹ ਪੜ੍ਹਨ ਲੱਗ ਪਿਆ। ਸ੍ਰੀ ਗੋਬਿੰਦ ਸਾਹਿਬ ਵਿੱਚ ਵੀ ਤਾਂ ਸਿਫਰ ਕੀਤੀ ਹੋਈ, ਸ਼ਬਦ ਝੁੰਟਕਾਰ ਖੇਲ ਸਾਰਾ ਕੰਪੇਅਰ ਕੀਤਾ ਹੋਇਆ, ਗੱਲ ਤੇ ਚੱਲ ਰਹੀ ਹੈ ਵਾਹਿਗੁਰੂ ਦੀ, ਸਿਫਤ ਤੇ ਹੋ ਰਹੀ ਹੈ ਵਾਹਿਗੁਰੂ ਦੀ, ਤੇ ਕੰਪੇਅਰ ਕੀਤਾ ਗਿਆ ਜਿਹੜੇ ਆਪਣੇ ਆਪ ਨੂੰ ਭਗਵਾਨ ਅਖਵਾਉਂਦੇ ਜਾਂ ਜਿਹਨਾਂ ਨੂੰ ਲੋਕ ਭਗਵਾਨ ਆਖਦੇ ਰਹੇ, ਮੁਕਾਬਲਤਨ ਕੰਪੇਅਰ ਕੀਤਾ ਗਿਆ। ਹੁਣ ਸਾਰਾ ਸਹੀ ਆਪਣਾ ਵਾਹਿਗੁਰੂ ਸ਼ੁਰੂ ਇੱਥੋਂ ਹੈ, ਵਾਹਿਗੁਰੂ ਵਾਹਿਗੁਰੂ ਤੂੰ ਵਾਹਿਗੁਰੂ। ਮੈਂ ਕੀ ਦੇਖ ਰਿਹਾ ਸੰਸਾਰ ਅੰਦਰ, ਐਸੇ ਐਸੇ ਲੋਕ ਪੈਦਾ ਹੋਏ ਨੇ ਜਿਹੜੇ ਤੇਰੇ ਮੁਕਾਬਲਤਨ ਖੜੇ ਹੋ ਕੇ ਆਪਣੇ ਆਪ ਨੂੰ ਵੀ ਵਾਹਿਗੁਰੂ ਤੇ ਭਗਵਾਨ ਅਖਵਾਉਣਾ ਚਾਹੁੰਦੇ ਸਨ, ਪਰ ਹੋਇਆ ਕੀ? ਉਹ ਕੌਣ ਨੇ ਜਿਨ੍ਹਾਂ ਨੂੰ ਲੋਕ ਕਬਲ ਨੈਣ ਮਦਰ ਬੈਣ ਕੋਟ ਸੈਣ ਸੰਗ ਸੋਭ ਕਹਿਤ ਮਾਨ ਜਸ਼ੋਤ ਜਿਸੈ ਨਹੀਂ ਭਾਤ ਖਾਏ ਜੀਓ, ਉਹ ਵੀ ਪੈਦਾ ਹੋਏ। ਦੇਖ ਰੂਪ ਅਤ ਅਨੂਪ ਮੋਹ ਮਾ ਮਗ ਬਹੀ ਕਿੰਕਣੀ ਸ਼ਬਦ ਝੁੰਤਕਾਰ ਖੇਲ ਪਾਏ ਜੀਓ। ਇੱਥੇ ਗੱਲ ਪੁੱਛਦੀ ਹੈ ਪੈਦਾ ਹੋਏ, ਉਹਨਾਂ ਨੂੰ ਵੀ ਲੋਕ ਭਗਵਾਨ ਆਖਣ ਲੱਗ ਪਏ, ਪਰ ਹੇ ਵਾਹਿਗੁਰੂ ਮਹਿਰਾਣ ਕਾਲ ਕਲਮ ਅਗਲੀ ਫਿਰ ਲਈ ਪੜੋ, ਕਾਲ ਕਲਮ ਹੁਕਮ ਹਾਥ ਕਉ ਕੌਣ ਮੇਟ ਸਕੇ। ਕਾਲ ਦੀ ਕਲਮ ਮੌਤ ਦੀ ਕਲਮ ਤੇ ਉਹਦਾ ਹੱਥ ਕੌਣ ਫੜ ਸਕਦਾ ਸੀ? ਅੱਜ ਉਹ ਸੰਸਾਰ ਤੇ ਨਹੀਂ ਦਿਸਦੇ। ਪਿਛਲੇ ਦਿਨਾਂ ਚ ਇਹੋ ਗੱਲ ਆਖੀ ਸੀ ਤੇ ਪੜਿਓ, ਸਵਾਲ ਕਰੀਏ ਆਖੀਏ ਲਈ
ਕ੍ਰਿਸ਼ਨ ਤ੍ਰੇਤੇ ਵਿੱਚ ਪੈਦਾ ਹੋਇਆ, ਤੁਸੀਂ ਆਖੋਗੇ ਨਹੀਂ ਲੈ ਥੋੜ੍ਹਾ ਹੋ ਸਕਦਾ, ਕ੍ਰਿਸ਼ਨ ਤਾਂ ਦੁਆਪਰ ਵਿੱਚ ਪੈਦਾ ਹੋਇਆ, ਤ੍ਰੇਤੇ ਵਿੱਚ ਕ੍ਰਿਸ਼ਨ ਥੋੜ੍ਹਾ ਸੀ। ਅਤੇ ਮੈਂ ਕਿਹਾ ਸੀ ਜੀ ਫਿਰ ਆਖੀਏ ਜੇ ਦੁਆਪਰ ਵਿੱਚ ਪੈਦਾ ਹੋਇਆ ਤ੍ਰੇਤੇ ਵਿੱਚ ਨਹੀਂ ਸੀ ਫਿਰ ਇਹਦਾ ਮਤਲਬ ਇੱਕ ਪੀਰੀਅਡ ਹੁੰਦਾ, ਪਰ ਰੱਬ ਤਾਂ ਉਹ ਹੈ ਜਿਹੜਾ ਦੁਆਪਰ ਵਿੱਚ ਵੀ ਹੈ ਤ੍ਰੇਤੇ ਵਿੱਚ ਵੀ ਹੈ। ਜੋ ਜੁਗ ਅਟਲ ਉਹ ਹਰ ਸਾਹਿਬ ਜੋ ਆ ਸਾਹਿਬ। ਇਸ ਲਈ ਜਿਹੜਾ ਕੇਵਲ ਇੱਕ ਸਮੇਂ ਵਿੱਚ ਪੈਦਾ ਹੁੰਦਾ ਦੂਜੇ ਸਮੇਂ ਵਿੱਚ ਨਹੀਂ ਹੁੰਦਾ, ਚਲਾ ਜਾਂਦਾ, ਉਹ ਭਗਵਾਨ ਕਿਵੇਂ ਹੋਇਆ? ਇੱਥੇ ਵੀ ਗੱਲ ਵਾਹਿਗੁਰੂ ਦੀ ਹੋ ਗਈ। ਕਹਿੰਦੇ ਮੈਂ ਸਪਸ਼ਟ ਕਰਨਾ ਚਾਹੁੰਦਾ, ਵਾਹਿਗੁਰੂ 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 ਵਾਹਿ ਜੀਓ ਕਵਲ ਮੈਨ ਮਧੁਰ ਮੈਨ ਕਟ ਸੁਖੋਟ ਸੈਨ ਸੰਗ ਸੋਭ ਕਹਿਤ ਮਾ ਜਸ਼ੋਤ ਜਿਸੇ ਦਹੀ ਬਾਤ ਖਾਏ ਜੀਓ ਦੇਖ ਰੂਪ ਆਤਾ ਰੂਪ ਮੋਹ ਮਾ ਮਗ ਬਈ ਕਿ ਕਿੰਨੀ ਸ਼ਬਦ ਜੁਰਤ ਕਾਰ ਖੇਲ ਪਾਏ ਜੀਓ। ਦੁਨੀਆਂ ਦੇ ਲੋਕੋ ਕਾਲ ਕਲਮ ਹੁਕਮ ਹਾਥ ਕਹੋ ਕੌਣ ਵੇਖ ਸਕੇ, ਇਸ ਬ੍ਰਹਮ ਗਿਆਨ ਵਿਹਣ ਧਰਤ ਹੀ ਹੈ ਚਾਹੇ ਜੀ। ਧਰਤੀ ਤੇ ਬੜੇ ਪੈਦਾ ਹੋਏ ਆਪਣੇ ਆਪ ਨੂੰ ਰੱਬ ਅਖਵਾਉਣ ਵਾਲੇ, ਪਰ ਕਾਲ ਦੇ ਹੁਕਮ ਤੇ ਉਹਦੀ ਕਲਮ ਦੇ ਸਾਹਮਣੇ ਡਿੱਗ ਨਾ ਸਕੇ, ਚਲੇ ਗਏ ਆਏ ਚਲੇ ਗਏ। ਤੇ ਕਹਿਣ ਲੱਗੇ ਹਮੇਸ਼ਾ ਸੱਤ ਰਹਿਣ ਵਾਲਾ ਕੌਣ ਹੈ? ਫਿਰ ਆਖਰੀ ਲਾਈਨ ਅੰਦਰ ਫਿਰ ਫੈਸਲਾ ਦਿੰਦੇ ਨੇ, ਕਹਿੰਦੇ ਨੇ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ। ਸਦਾ ਤਾਂ ਤੂੰ ਰਹਿਣ ਵਾਲਾ ਹੈ ਵਾਹਿਗੁਰੂ, ਉਹ ਤਾਂ ਆਏ ਤੇ ਚਲੇ ਗਏ। ਅਸੀਂ ਇੱਥੇ ਵੀ ਕ੍ਰਿਸ਼ਨ ਨੂੰ ਨਾਲ ਜੋੜ ਲਿਆ, ਉਹ ਭੂਮੀ ਪੂਰੀ ਸਿਮਰ ਭਗਵਾਨ ਦੀ ਸਾਰਾ ਸ਼ਬਦ ਪੜ੍ਹੀਏ ਤਾਂ ਸਪਸ਼ਟ ਹੋ ਗਏ, ਇੱਥੇ ਵੀ ਸਪਸ਼ਟ ਕਰ ਦਿੱਤਾ। ਕਹਿਣ ਲੱਗੇ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੇ, ਇਸ ਬ੍ਰਹਮ ਗਿਆਨ ਦੇਹਣ ਧਰਤ ਹੀ ਇਸ ਚਾਹੇ ਜੀਉ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ। ਕੌਣ? ਵਾਹਿਗੁਰੂ 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 ਵਾਹਿਗੁਰੂ, ਹੇ ਵਾਹਿਗੁਰੂ ਤੂੰ ਸਦਾ ਰਹਿਣ ਵਾਲਾ ਹੈ, ਬਾਕੀ ਤਾਂ ਕਾਲ ਕਲਮ ਤੇ ਕਾਲ ਦੇ ਕਲਮ ਤੇ ਹੁਕਮ ਵਿੱਚ ਬੰਨੇ ਹੋਏ ਆਉਂਦੇ ਨੇ ਚਲੇ ਜਾਂਦੇ ਨੇ ਆਉਂਦੇ ਨੇ ਚਲੇ ਜਾਂਦੇ। ਕੋਟ ਵਿਸ਼ਨਤੀ ਨੇ ਅਵਤਾਰ ਕੋਟ ਬ੍ਰਹਿਮੰਡ ਜਾ ਕੇ ਧਰਮਸਾਲ ਕੋਟ ਮਹੇਸ਼ ਉਪਾਏ ਸੁਭਾਏ ਕੋਟ ਬ੍ਰਹਮੇ ਜਗ ਸਾਜਨ ਲਾਏ। ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨੋਂ ਵਿਸਥਾਰ ਕਈ ਵਾਰ ਪਸਰੇ ਪਸਾਰ ਪਰ ਹੋਇਆ ਕਿ ਸਦਾ ਸਦਾ ਇੱਕ ਇੱਕ ਅੰਕਾਰ। ਇਸ ਲਈ ਬਾਬਾ ਕਬੀਰ ਜੀ ਸ਼ਬਦ ਦੀਆਂ ਇਹਨਾਂ ਲਾਈਨਾਂ ਵਿੱਚ ਸਪਸ਼ਟ ਕਰਦੇ ਨੇ ਤੇ ਕਹਿੰਦੇ ਨੇ ਘੜਿਆ ਮੈਂ ਤੈਨੂੰ ਵਿਸ਼ਵਾਸ ਦਿਵਾਇਆ ਜੇ ਗੁਣ ਗਾਵਤ ਰਹਿਣ ਬਿਹਾਨੀ ਹੈ ਤਾਂ ਕ੍ਰਿਸ਼ਨ ਆਪਣੇ ਗੁਣ ਗਾਣ ਦੀ ਗੱਲ ਨਹੀਂ ਕਰ ਰਿਹਾ, ਉਹ ਵੀ ਉਸ ਪ੍ਰਭੂ ਦੇ ਗੁਣ ਗਾਣ ਦੀ ਗੱਲ ਕਰ ਰਿਹਾ ਜਿੰਦਾ ਉਹ ਗੁਣ ਗਾਇਨ ਕਰਨ ਵਾਲਾ ਹੈ। ਖੀਰ ਸਮਾ ਬਿਹਾਨੀ
ਸੰਸਕਾਰਾਂ ਵਿੱਚ ਉਹ ਆਪਣੀ ਮਤ ਆਪਣੀ ਸੋਚ ਪ੍ਰਵੇਸ਼ ਕਰ ਰਹੇ ਨੇ ਤੇ ਸਦੀਆਂ ਤੋਂ ਕਰ ਰਹੇ ਨੇ। ਉਹਦਾ ਨਤੀਜਾ ਇਹ ਹੈ ਭੋਲੇ ਭਾਏ ਜਦੋਂ ਅਸੀਂ ਵਿਚਾਰਨੇ ਹਾਂ ਤੇ ਅਸੀਂ ਉਸ ਪ੍ਰਭਾਵ ਹੇਠ ਸੰਸਕਾਰ ਆਪਣੇ ਬਣਾ ਲੈਣੇ। ਪਰ ਗੁਰਮੁਖ ਦੇ ਖੇਤਰ ਵਿੱਚ ਪੜਚੋਲ ਮਿਲਦੀ ਹੈ, ਗਿਆਨ ਅਧੀਨ ਹੈ, ਇਸ ਲਈ ਪੜਚੋਲ ਨਾਲ ਗਿਆਨ ਦੀ ਰੋਸ਼ਨੀ ਨਾਲ ਪਛਾਣਨ ਨਾਲ ਅਸੀਂ ਪ੍ਰਭੂ ਦੀ ਉਸ ਏਕਤਾ ਨੂੰ ਇੱਕ ਸ਼ਕਤੀ ਨੂੰ ਪਛਾਣ ਸਕਾਂਗੇ। ਇਹਨਾਂ ਸ਼ਬਦਾਂ ਨਾਲ ਫਿਮਾਦਾ ਜਾ ਚੁੱਕਾ ਹਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।